ਖਾਓ। ਉਹਨਾਂ ਨੇ ਕਿਰਪਾ ਕੀਤੀ, ਗੁਰੂ ਜੀ ਨੇ ਭਰਮ ਚੁੱਕ ਦਿੱਤੇ ਅਤੇ ਮੈਨੂੰ ਨਿਥਾਵੇਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿੱਤੀ। ਧਿਆਨ ਦਿਆ, ਥੋੜ੍ਹਾ ਜਿਹਾ ਆਪਾਂ ਇੱਥੇ ਰੁਕੀਏ, ਬਾਣੀ ਵਿੱਚੋਂ ਦੇਖੀਏ ਕਿ ਗੁਰੂ ਜੀ ਤੋਂ ਧਨ ਮੰਗੀਏ ਖਾਂ। ਹਜ਼ੂਰ ਨੇ ਬਾਣੀ ਵਿੱਚ ਮਿਹਰ ਕੀਤੀ ਹੈ, ਪਹਿਲੀ ਗੱਲ ਕਿ ਗੁਰੂ ਨੇ ਚਰਨ ਕਮਲਾਂ ਦਾ ਧਨ ਦੇ ਦਿੱਤਾ, ਨਾਮ ਦਾ ਧਨ ਦਿੱਤਾ। ਉਹ ਧਨ ਕੈਸਾ ਹੈ? ਠੀਕ ਹੈ, ਧਨ ਸੰਸਾਰੀ ਵੀ ਹੈ। ਸਾਥ ਨਾ ਚੱਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰ। ਚਰਨ ਕਮਲ ਗੁਰ ਧਨ ਦੀਆ, ਨਾਨਕ ਇਹ ਧਨ ਸਾਰ। ਗੁਰੂ ਜੀ ਨੇ ਧਨ ਦਿੱਤਾ, ਉਹ ਕੀ ਸੀ? ਹਰ ਧਨ ਜਾਪ, ਹਰ ਧਨ ਤਾਪ, ਹਰ ਧਨ ਭੋਜਨ ਪਾਇਆ। ਚਰਨ ਕਮਲ ਗੁਰ ਧਨ ਦੀਆ, ਹਰ ਧਨ ਜਾਪ, ਹਰ ਧਨ ਤਾਪ, ਹਰ ਧਨ ਭੋਜਨ ਪਾਇਆ। ਨਿਮਖ ਨਾ ਬਿਸਰੋ ਮਨ ਤੇ, ਹਰ ਹਰ ਸਾਧ ਸੰਗਤ ਮੈਂ ਪਾਇਆ। ਚਰਨ ਕਮਲ ਗੁਰ ਧਨ ਦੀਆ, ਸਾਹਿਬ ਕਹਿ ਰਹੇ ਨੇ, ਮਿਲਿਆ ਨਿਥਾਵੇਂ ਥਾਉ, ਹਰ ਧਨ ਜਾਪ, ਹਰ ਧਨ ਤਾਪ, ਹਰ ਧਨ ਭੋਜਨ ਪਾਇਆ। ਨਿਮਖ ਨਾ ਬਿਸਰੋ ਮਨ ਤੇ, ਹਰ ਹਰ ਸਾਧ ਸੰਗਤ ਮੈਂ ਪਾਇਆ। ਮਾਈ ਖਾਟ ਆਇਓ ਘਰ ਪੂਤਾ, ਮਾਂ ਆ ਦੇਖ ਪੁੱਤਰ ਕਮਾਈ ਕਰਕੇ ਘਰ ਆ ਗਿਆ। ਮਾਈ ਖਾਟ ਆਇਓ ਘਰ ਪੂਤਾ, ਹਰ ਧਨ ਚਲਤੇ, ਹਰ ਧਨ ਬੈਸੇ, ਹਰ ਧਨ ਜਾਗਤ ਸੂਤਾ, ਚਰਨ ਕਮਲ ਗੁਰ ਧਨ ਦੀਆ। ਇੱਕ ਤਿੱਬਤ ਵਿੱਚ ਬੜੀ ਸੋਹਣੀ ਘਟਨਾ ਆਉਂਦੀ, ਕਿਵੇਂ ਗੁਰੂ ਥਾਂ ਦਿੰਦਾ ਹੈ ਆਪਣੇ ਸ਼ਿਸ਼ ਨੂੰ, ਆਪਣੇ ਚੇਲੇ ਨੂੰ। ਅੱਜ ਸੁਬਹਾ ਮਸਕੀਨ ਸਾਹਿਬ ਵੀ ਇੱਕ ਮਨ ਦੀ ਗੱਲ ਕਰ ਰਹੇ ਸਨ, ਮਨ ਮਰਨ ਦੀ। ਮੇਰੇ ਮਨ 'ਚ ਉਦੋਂ ਖਿਆਲ ਆਇਆ, ਕੁਦਰਤੀ ਤੌਰ 'ਤੇ ਆਪਣੀ ਵਿਚਾਰ ਵੀ ਅੱਜ ਇਹ ਸੀ। ਕਹਿੰਦੇ ਨੇ ਉੱਥੇ ਤਿੱਬਤ ਵਿੱਚ ਇੱਕ ਕਹਾਵਤ, ਕਹਾਣੀ ਅਸਲੀਅਤ ਹੈ ਕਿ ਰਿਸ਼ੀ ਕੋਈ ਮਹਾਤਮਾ ਜਾਂ ਉਹਨਾਂ ਦੀ ਸ਼ਬਦਾਵਲੀ ਵਿੱਚ ਗੁਰੂ ਕਹਿ ਲਈਏ, ਉਹਦੇ ਕੋਲ ਇੱਕ ਨੌਜਵਾਨ ਆਇਆ। ਉਹਦੇ ਮਨ ਵਿੱਚ ਕਿਤੇ ਪੂਰਬਲਾ ਅੰਕੁਰ ਫੁੱਟਿਆ ਵੀ ਪਰਮਾਤਮਾ ਦੀ, ਗੁਰੂ ਦੀ ਖੁਸ਼ੀ ਲੈਣੀ ਹੈ। ਉਹ ਆਇਆ, ਉਹਨੇ ਆਉਂਦਿਆਂ ਸਾਰ ਆਪਣੇ ਉਸ ਰਿਸ਼ੀ ਨੂੰ, ਉਸ ਬਜ਼ੁਰਗ ਗੁਰੂ ਨੂੰ ਨਮਸਕਾਰ ਕੀਤੀ ਅਤੇ ਮੱਥਾ ਟੇਕਣ ਤੋਂ ਬਾਅਦ ਉਹ ਕਹਿੰਦਾ ਹੈ ਕਿ ਗੁਰੂ ਜੀ, ਆਪ ਮੁਝੇ ਦੀਕਸ਼ਿਤ ਕੀਜੀਏ, ਤੁਸੀਂ ਮੈਨੂੰ ਨਾਮ ਦੀ ਦੀਖਿਆ ਦਿਓ, ਕਿਰਪਾ ਕਰੋ, ਮੈਨੂੰ ਸਿੱਖਿਆ ਦਿਓ। ਅਤੇ ਗੁਰੂ ਜੀ ਨੇ ਪਤਾ ਕੀ ਕਿਹਾ ਅੱਗੋਂ? ਉਸ ਗੁਰੂ ਨੇ ਕਿਹਾ, ਬੇਟਾ ਇੱਕ ਕੰਮ ਕਰ, ਮੇਰੇ ਇਸ ਅਸਥਾਨ 'ਤੇ 200 ਸਾਧੂ ਰਹਿੰਦੇ ਨੇ, ਉਹ ਸਾਹਮਣੇ ਔਖਲੀ ਪਈ ਹੈ, ਉਹਦੇ ਵਿੱਚ ਧਾਨ ਪਾਈ ਜਾ ਅਤੇ ਸੋਟੇ ਦੇ ਨਾਲ ਉਹਨੂੰ ਕੁੱਟੀ ਜਾ। ਬਸ ਤੂੰ ਧਾਨ ਨੂੰ ਕੁੱਟਣਾ, ਚਾਵਲ ਉਹਦੇ ਵਿੱਚੋਂ ਕੱਢਣੇ ਨੇ, ਬਾਕੀ ਤੈਨੂੰ ਹੋਰ ਕੰਮ ਨਹੀਂ, ਤੂੰ ਇਹ ਹੀ ਕੰਮ ਕਰਨਾ ਹੈ। ਚੇਲੇ ਨੇ ਨਮਸਕਾਰ ਕੀਤੀ, ਔਖਲੀ ਕੋਲ ਜਾ ਖੜਾ ਹੋਇਆ, ਡੰਡਾ ਹੱਥ 'ਚ ਪਕੜ ਲਿਆ। ਉਹਨੇ ਦਿਨ ਰਾਤ ਉਸ ਡੰਡੇ ਦੇ ਨਾਲ ਧਾਨ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਥੱਕ ਜਾਣਾ, ਥੋੜ੍ਹਾ ਜਿਹਾ ਆਰਾਮ ਕਰਨਾ, ਭੁੱਖ ਲੱਗਣੀ, ਕੋਈ ਛੱਕ ਕੇ ਫਿਰ ਉੱਥੇ ਆ ਜਾਣਾ। ਉਹਨੇ ਦਿਨ ਰਾਤ ਸਿਰਫ ਇੱਕੋ ਹੀ ਨੇਮ ਪਕਾ ਲਿਆ। ਗੁਰੂ ਨੇ ਕਿਹਾ ਵੀ ਤੂੰ ਧਾਨ ਛੱਡਣਾ, ਧਾਨ ਕੁੱਟਣਾ। ਉਹ ਡੰਡਾ ਧਾਨ ਦੇ ਦਾਣਿਆਂ 'ਤੇ, ਜੀਰੀ 'ਤੇ ਮਾਰੀ ਗਿਆ। ਐਸ਼ਤਾ ਉਹਨੂੰ ਸਭ ਕੁਝ ਭੁੱਲ ਗਿਆ, ਪਰਿਵਾਰ ਭੁੱਲ ਗਿਆ, ਸੰਸਾਰ ਭੁੱਲ ਗਿਆ। ਗੁਰੂ ਦੀ ਦੱਸੀ ਹੋਈ ਕਾਰ ਦੇ ਵਿੱਚ ਹੀ ਦਿਨ ਰਾਤ ਮਗਨ ਹੋ ਗਿਆ, ਦਿਨ ਰਾਤ ਉੱਥੇ ਟਿਕ ਗਿਆ। ਕਹਿੰਦੇ ਨੇ ਕਈ ਸਾਲ ਲੰਘ ਗਏ, ਨਾ ਤਾਂ ਉਹ ਕਦੀ ਗੁਰੂ ਕੋਲ ਅੱਗੇ ਆ ਕੇ ਬੈਠਾ, ਨਾ ਉਹਨੇ ਗੁਰੂ ਤੋਂ ਆ ਕੇ ਪੁੱਛਿਆ ਹੁਣ ਅਗਲਾ ਗੱਲ ਕੋਈ ਉਪਦੇਸ਼, ਨਾ ਉਹ ਦੂਜੇ ਚੇਲਿਆਂ ਦੇ ਬਰਾਬਰ ਆ ਕੇ ਉਹਨੇ ਤਲੀਮ ਲਈ ਨਾ ਪੜ੍ਹਿਆ। ਕਈ ਸਾਲ ਲੰਘ ਗਏ, ਉਸ ਗੁਰੂ ਨੇ ਆਪਣੇ ਚੋਲਾ ਤਿਆਗਣ ਤੋਂ ਪਹਿਲਾਂ 200 ਆਪਣਾ ਚੇਲਾ ਸ਼ਿਸ਼ ਮੁਰੀਦ ਬੁਲਾਇਆ ਅਤੇ ਉਹਨਾਂ ਨੂੰ ਬੁਲਾ ਕੇ ਕਹਿਣ ਲੱਗੇ ਵੀ ਇੱਕ ਕੰਮ ਕਰੋ, ਮੈਂ ਅੱਜ ਸੁਬਹਾ ਨਿਰਵਾਣ ਨੂੰ ਚਲੇ ਜਾਣਾ, ਸਰੀਰ ਤਿਆਗ ਜਾਣਾ, ਮੁਕਤੀ ਵਾਲੇ ਪਾਸੇ ਤੁਰ ਲੱਗਾ, ਮੁਕਤੀ ਦਰ ਤੇ ਸਰੀਰ ਦੇ ਬੰਧਨਾਂ ਤੋਂ ਵੀ ਮੁਕਤ, ਪਰ ਮੈਂ ਆਪਣਾ ਉੱਤਰਾਧਿਕਾਰੀ ਬਣਾਉਣਾ ਚਾਹੁੰਦਾ। ਤੁਸੀਂ ਸਾਰੇ ਜਣੇ ਇਕੱਠੇ ਹੋ ਕੇ ਮੇਰੀ ਇਸ ਝੌਂਪੜੀ ਵਿੱਚ ਸਵੇਰੇ ਨਿਕਲਣ ਤੋਂ ਪਹਿਲਾਂ ਜੋ ਕੁਝ ਤੁਹਾਨੂੰ ਪੜ੍ਹਾਇਆ ਗਿਆ, ਸਿਖਾਇਆ ਗਿਆ, ਆਪਣੇ ਅੰਦਰ ਦੇ ਵਿਚਾਰਾਂ ਦਾ ਤੱਤ ਝੌਂਪੜੀ ਦੇ ਸਾਹਮਣੇ ਲਿਖ ਕੇ ਲਟਕਾ ਦਿਆ ਜੇ,
ते मैं वो पढ़ांगा, पढ़न तो बाद मैं अपने उत्तराधिकारी का ऐलान करांगा, उसकी चोण करांगा। कहिंदे ने 200 विद्यार्थी इकट्ठा होए हां, मन चाहिया भी हुण सारे आपां वक्-वक् ही लिखणा है, गल गुरु ते छड़िए। उन्होंने की किया, उन्होंने सिर्फ तीन फिकरे बनाए, तीन छोटे छोटे वाक बनाए। पहला वाक सी मन एक दर्पण दी न्यायिक है, पहली उत्थे तोक लिखी वाक लिखिया मन एक दर्पण दी न्यायिक है। दूजा वाक उन्हें लिखिया इहदे उत्ते जन्मां जन्मां दी धूड़ जमी है, ते तीसरा वाक उन्हें लिखिया कि गुरु इस जन्मां जन्मां दी धूड़ नूं उतार देंदे। सिर्फ तीन गल्लां लिखियां, मन एक दर्पण है, जन्म जन्म दी धूड़ जमी है, गुरु इस धूड़ नूं इस दर्पण नूं साफ कर दे। लिख के ला दिता, गुरु सवेरे निकलिया, उन्हें जदों चौंपड़ी तो बाहर उस लिखे हुए नूं पढ़िया बहुत निराश होए। 200 दा 200 विद्यार्थी कौन बुला लिया, कहन लगे अफसोस इतने साल तुहानू तालीम दित्ती तुहानू समझ ना पई आ की तुसी लिखिया है। कहन लगे मेरा अंदर संतुष्ट नहीं, मेरा अंदर तुहाडे विचारां नाल सहमत नहीं। 200 दा 200 विद्यार्थी कई साल लाए, कहन लगे फिर किवें करिए। ते गुरु ने कहा कोई होर डेरे विच है जिहड़ा सिख्या लैण आया, कहन लगे होर तां कोई नहीं असीं 200 ही सां। कहन लगे जाओ ओ कई सालां तो धान कुटण वाले तो पुछ के आओ की लिखना चाहीदा, की है परमार्थ, की ये उकतियां जुगतियां सियाणपां ते अखरां दा नाम है। उस धान छड़न वाले तो पुछ के आओ की लिखना है, ओखली विच धान कुटण वाले तो पुछो। सारे हैरान हो गए, पढ़दे असी रहे ते उत्तर ओह देगा। जदों ओहदे कोल गुरु दा हुक्म मन के गए ते ओ धान छड़ रहा सी, सोटे मार रहा है, ते ओनू जांदियां सार पुछदे ने कि गुरु जी ने सानू कहा सी लिखण वास्ते कि मैं निर्वाण ते चलावां जा रहा मैं, ते ओ कहिंदा भी मैं अनपढ़ा, मैनू ते लिखना कोई नहीं आउंदा, पर तुसी की लिखिया मैनू दसो। उन्हां ने फिर वह जिहड़ा लिखिया सी ना पढ़ के सुना दिता, मन एक दर्पण है, जन्मा जन्मा दी इहदे ते धूड़ जमी है, गुरु इस धूड़ नूं उतारदा है। धान कुटण वाला कहिंदा मैनूं लिखणा कोई नहीं आउंदा, मैं बोल देना लिख तुसीं लओ। कहन लगे की लिखिए, कहन लगे कमलियो ये क्यों लिखदे पए हो मन दर्पण, तुसीं इक्को गल कहो कि गुरु लुटेरा है, जदों कोल गुरु कोल गए उदों मन रिहा ही कोई नहीं, मन रहेगा तो किसी धूड़ की गल करांगे, जदों उहदे हो गए उहदे विच समा गए किहड़ा मन तुसीं लै के तुरे फिरदे। उन्हें एको शब्द कही, ना दर्पण ना धूड़ ना मन, क्योंकि जिदन दे गुरु को आया उदो अपना मन मर गया है, जो कुछ है हुण गुरु दा ही है। कहिंदे जदों ना जाके लिखिया ना कि मन ना दी कोई चीज़ नहीं, जदों गुरु विच समा गए, गुरु लुटेरे ने मन लुट लिया, सिर्फ एक शरीर खलोता है, ये भी अखां नूं वेखण करके वक लगता है, मन है ही नहीं, केड़ी धूड़ केड़ा दर्पण ते केड़ी जन्मा जन्मा दी मैल। जदों ना लिख के क्या मन है ही नहीं, गुरु ने ले लिया। ते कहिंदे ने गुरु बाहर निकलिया, तान कुटदे खोए दे पैरां नूं हथ ला के कहिंदा बेटा अज तो बाद इस अस्थान दा तू उत्तराधिकारी है, मैं इन्हां नूं अखरां राही पढ़ांदा रहा, पर सच जानी तू जीवन राही पढ़ गया, सच जाणो। गुरु चरण कमलां च थां देंदा जिहड़ी मैं बेनती कर रहा वां, थां दा अखरी अर्थ है नहीं कोई वक्री अस्थी, थां दा अर्थ है कि मन बेचै सतगुर कै पास, गुर के ग्रह सेवक जो रहे, मन किथे रह गया। जदों वेच दिता अपनी कोई चीज़ वेच के असीं रोज़ जा के कहने आ साडी है, अगला कहिंदा तू वेच नहीं दित्ती। प्यारिओ मन च वासना ही उदों आउंदियां ने जदों असीं गुरु नूं मन देंदे ही नहीं, किथे देने आ। इन्ना चोर बंदा मन तां देंदा ही कोई नहीं, तन लै के आ जांदा, मन तां जां दुकान ते जां मित्र जां दुश्मन जां कामणी जां बच्चियां विच, जिहनूं दित्ता होवे फिर घर नहीं जांदा हुंदा। विके कोई कदी गए ने वापस,
गुरु साहब ने कहा गुर के ग्रह सेवक जो रहे गुर की आज्ञा मन में सह, वो सह गया। जिन्हें सह लिया प्यारे वो कोई लोड़ नहीं चोखे ग्रंथ तो पड़ेगा, जिन्हें आज्ञा सह ली ना वो तत् ज्ञान का ज्ञाता है। गुर के ग्रह सेवक जो रहे गुर की आज्ञा मन में सह, आपस को कर कछ ना जनावे, मिलिया न थावे थाऊं, अपना आप मिटा ही दिता। हुण आप देखो तेल पानी विच कदी नहीं समा सकता, जे तेल बन के पानी कोल जाएंगे ना गुरु कोल, ये ठीक उत्ते तरदे फिरांगे पर कदी पानी अपने च मिलाएगा नहीं। क्यों? पानी विच मिलन वास्ते पानी ही बनना पएगा। गुरु विच मिलनी अपना आप छड़ना पैंदा है। गुर के ग्रह सेवक जो रहे गुर की आज्ञा मन में सह, आपस को कर कछ ना जनावे, हर हर नाम हृदय सत्यावे, मन बेचे सतगुरु के पास, तिस सेवक के कार्य रास, सेवा करत हुए नेकामी, सेवा करे पर कामना तो रहत। वासना अधीन सेवा ठीक है, सानू दाता मिल जाएगी, पर गुरु जी दियो खुशी तेरे